ਭਾਜੀ ਅਸੀਂ ਸਾਨੂੰ 2 ਵਜੇ ਰਾਤੀ ਪਤਾ ਲੱਗਿਆ ਵੀ ਤੁਹਾਡੀ ਦੁਕਾਨ ਤੇ ਅੱਗ ਲੱਗ ਗਈ ਹੈ ਅਸੀਂ ਭੱਜੇ ਭੱਜੇ ਆਏ ਦੁਕਾਨ ਤੇ ਤੇ ਦੇਖਿਆ ਦੁਕਾਨ ਇੱਕਦਮ ਪਾਪੜ ਜੇ ਪੈਂਦੇ ਵੇ ਸੀ ਅੱਗ ਐ ਪੂਰੀ ਲੱਗੀ ਹੋਈ ਸੀ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਵਾਲਿਆਂ ਨੂੰ ਅਸੀਂ ਫੋਨ ਕੀਤਾ ਉਹਨਾਂ ਨੇ ਅੱਗ ਜੰਦਰੋਂ ਆਏ ਆ 3:30 ਵਜੇ ਅੱਗ ਬੁਝਾਈ ਉਹਨਾਂ ਨੇ ਉਸ ਤੋਂ ਬਾਅਦ ਇੱਕ ਬੰਦਾ ਮੋਰੇ ਇੱਥੇ ਡਿੱਗਿਆ ਪਿਆ ਸੀ ਮਰਿਆ ਪਿਆ ਸੀ ਇੱਕ ਬੰਦਾ ਦੌੜ ਗਿਆ ਜੋ ਪੁਲਿਸ ਵਾਲਿਆਂ ਨੇ ਫੜ ਲਿਆ ਉਹਨੂੰ ਦੋ ਸੀਗੇ ਜੀ ਹਾਂਜੀ ਦੋ ਬੰਦੇ ਸੀ ਇਹ ਪਤਾ ਨਹੀਂ ਦੋ ਸੀ ਤਿੰਨ ਸੀ ਅੱਛਾ ਜੀ ਜੋ ਸੀ ਦੋ ਸੀ ਇੱਕ ਫੜ ਹੋ ਗਿਆ ਇੱਕ ਸੀ ਉਸ ਤੋਂ ਬਾਅਦ ਬਾਕੀ ਜੋ ਪੁਲਿਸ ਵਾਲੀ ਕਾਰਵਾਈ ਉਹ ਕਹਿੰਦੇ ਕਰ ਲਿਆ ਗਿਆ ਸਵੇਰੇ ਦੱਸਾਂਗੇ ਬਾਕੀ ਜੋ ਹੋ ਗਿਆ ਉਹ ਦੱਸਣਗੇ ਕਿੰਨਾ ਕਿ ਨੁਕਸਾਨ ਹੋਇਆ ਨੁਕਸਾਨ ਭਾਜੀ ਘੱਟੋ ਘੱਟ ਵੀ 10 12 ਲੱਖ ਤੋਂ ਉੱਪਰ ਹੋ ਗਿਆ ਨੁਕਸਾਨ 12 ਲੱਖ ਤੋਂ ਉੱਪਰ ਹੀ ਹੋਊਗਾ ਵੀ ਮਾਲ ਕਾਫੀ ਸੀਗਾ ਪੂਰੀ ਭਰੀ ਸੀ ਦੁਕਾਨ ਛੱਕ ਛੁੱਕ ਭਾਜੀ ਕਿਹਦੇ ਤੇ ਸਾਡੀ ਕਿਹੜਾ ਕਿਸੇ ਨਾਲ ਨਾ ਲੈਣੀ ਨਾ ਦੇਣੀ ਹੈ ਸਾਡੀ ਨਾ ਕਿਸੇ ਨਾਲ ਲੈਣੀ ਨਾ ਕੁਝ ਵੀ ਨਹੀਂ ਸਾਡੀ ਮਾਤਰ ਬੰਦ ਰਾਤ 2 ਕ ਵਜੇ ਮੈਨੂੰ ਫੋਨ ਆਇਆ ਵੀ ਇੱਥੇ ਅੱਗ ਲੱਗੀ ਹੈ ਸ਼ਾਪ ਤੇ ਮੈਂ 2 ਵਜੇ ਕੇ 10 ਮਿੰਟ ਤੇ ਮੌਕੇ ਤੇ ਪਹੁੰਚਿਆ ਤਾਂ ਇੱਥੇ ਆ ਸ਼ਾਪ ਨੂੰ ਅੱਗ ਲੱਗੀ ਹੋਈ ਸੀ ਇੱਕ ਇੱਥੇ ਡੈੱਡ ਬੋਡੀ ਪਈ ਸੀ ਤੇ ਸਾਹਮਣੇ ਘਰ ਵਾਲਿਆਂ ਦੇ ਦੱਸਣ ਮੁਤਾਬਕ ਇੱਕ ਬੰਦਾ ਅੱਗ ਲੱਗੀ ਤੇ ਇੱਥੋਂ ਭੱਜ ਗਿਆ ਉਧਰ ਅਸੀਂ ਉਹਦੇ ਪਿੱਛੇ ਪੁਲਿਸ ਪਾਰਟੀ ਭੇਜੀ ਜਦ ਨੂੰ ਫਾਇਰ ਬ੍ਰਿਗੇਡ ਆ ਗਈਆਂ ਇਹ ਉਹਨਾਂ ਦਾ ਇੰਤਜ਼ਾਮ ਕਰਕੇ ਅੱਗ ਨੂੰ ਬੁਝਾਇਆ ਦੁਕਾਨਦਾਰ ਵੀ ਮਾਲਕ ਵੀ ਆ ਗਿਆ ਸੀ ਰਾਤ ਤਾਂ ਹੁਣ ਜੋ ਪਤਾ ਲੱਗਾ ਵੀ ਇਹ ਜਲੰਧਰ ਤੋਂ ਬੰਦੇ ਆਏ ਸੀ 3 ਇਹਨਾਂ ਨੇ ਦੁਕਾਨ ਦਾ ਸ਼ਟਰ ਤੋੜਿਆ ਸ਼ਟਰ ਤੋੜ ਕੇ ਅੰਦਰ ਪੈਟਰੋਲ ਛਿੜਕਿਆ ਇਹਨਾਂ ਕੋਲ 2 ਪਲਾਸਟਿਕ ਦੀਆਂ ਬੋਤਲਾਂ ਸੀ ਪੈਟਰੋਲ ਦੀਆਂ ਇੱਕ ਛਿੜਕੀ ਹੈ ਇੱਕ ਜੇ ਬੰਦ ਸੀ ਤਾਂ ਨਸ਼ੇ 'ਚ ਸੀ ਇੱਕ ਨੇ ਉਸੇ ਵੇਲੇ ਅੱਗ ਲਾਤੀ ਅਤੇ ਦੂਜੇ ਨੇ ਸ਼ਟਰ ਸਿੱਟਤਾ ਜਦੋਂ ਪੈਟਰੋਲ ਛਿੜਕਿਆ ਇੱਕ ਦੀਆਂ ਲੱਤਾਂ ਨੂੰ ਵੀ ਪੈ ਗਿਆ ਉਹਦੀਆਂ ਲੱਤਾਂ ਨੂੰ ਅੱਗ ਲੱਗ ਗਈ ਅਤੇ ਜਦੋਂ ਦੂਜੀ ਬੋਤਲ ਦਾ ਧਮਾਕਾ ਹੋਇਆ ਬਲਾਸਟ ਦੁਕਾਨ ਕਮਜ਼ੋਰ ਸੀ ਸ਼ਟਰ ਪੱਟ ਕੇ ਉਹਦੇ ਉੱਤੇ ਵੱਜਾ ਮੂੰਹ 'ਤੇ ਉਹ ਥਾਂ ਉਹਦੀ ਡੈੱਥ ਹੋ ਗਈ ਉਹ ਮੁੰਡਾ ਜਲੰਧਰ ਦਾ ਆਇਆ ਪ੍ਰਦੀਪ ਜੀ ਦੀ ਡੈੱਥ ਹੋਈ ਹੈ ਉਹਦੀ ਬੋਡੀ ਅਸੀਂ ਮੌਚਰੀ 'ਚ ਰਖਾਤੀ ਹੈ ਜਿਹੜਾ ਦੂਜਾ ਇੰਜਣ ਸੀਗਾ ਉਹਨੂੰ ਵੀ ਅਸੀਂ ਰਾਤ 3:30 ਵਜੇ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜੀ ਟੀ ਰੋਡ ਤੋਂ ਉਹ ਵੀ ਜੇਰੇ ਇਲਾਜ ਆ ਉਹ 80% ਬਰਨ ਆ ਇੱਥੋਂ ਉਹਨੂੰ ਜਲੰਧਰ ਰੈਫਰ ਕੀਤਾ ਸੀ ਜਲੰਧਰ ਤੋਂ ਉਹਨੂੰ ਅੰਮ੍ਰਿਤਸਰ ਲਈ ਰੈਫਰ ਕਰਤਾ ਬਾਕੀ ਅਸੀਂ ਸਾਰੇ ਲੀਗਲ ਐਸਪੈਕਟ ਦੇਖ ਰਹੇ ਹਾਂ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਇਹ 'ਚ ਸਖ਼ਤ देर है पर हनेर नहीं कि तुसी परेशान हो आज ही संपर्क करो दुखी भैन भरा दे सच्चे हमदर्द बाबा अफजल खान 9899984580 गेट एक्स लव बैक इन योर लाइफ परेशानी जिवे व्याह विच रुकावट खोया प्यार वापस पाउणा पति पत्नी विच झगड़ा सौतन दुश्मन तो छुटकारा विदेश यात्रा इमिग्रेशन मसले औलाद सुख बुरे सुपने बीमारी विच दवा दा ना लगना लाटरी नंबर पाओ भावे 649 होवे या मेगा मिलियन हर जगह तो निराश ते धोखा खा चुके दुखी भैन भरा एक बार जरूर संपर्क करो मैं तो खून दे हंजू नहीं रोन देंगा इट्स माई प्रोमिस बाबा अफजल खान 9899984580